ਪਾਠ 13ਵਾਂ ਵਾਹ ਬਈ ਚਾਇਨਾ ਦੀਦੀ ਮੈਨੂੰ ਅੱਜ ਵੀ ਬੁਖਾਰ ਲੱਗ ਰਿਹਾ ਹੈ ਮੈਂ ਅੱਜ ਫੇਰ ਸਕੂਲ ਨਹੀਂ ਜਾਣਾ ਦੇਖ ਕੇ ਪ੍ਰੀਤੀ ਮਸਾ ਮਸਾ ਤਾਂ ਸਕੂਲ ਖੁੱਲੇ ਨੇ ਤੇ ਤੂੰ ਹੁਣੇ ਛੁੱਟੀਆਂ ਕਰੀ ਜਾਨੀ ਦੀਦੀ ਮੇਰੀ ਸੇਤ ਠੀਕ ਨਹੀਂ ਲੱਗ ਰਹੀ ਨਾਲੇ ਅੱਜ ਕੱਲ ਦਾ ਮਾਹੌਲ ਵੀ ਠੀਕ ਨਹੀਂ ਹੈ ਨਵੀਆਂ ਨਵੀਆਂ ਕੋਰੋਨਾ ਵਰਗੀਆਂ ਬਿਮਾਰੀਆਂ ਤੋਂ ਵੀ ਡਰ ਲੱਗਦਾ ਹੈ ਹਾਂ ਡਰਨਾ ਤਾਂ ਕੀ ਹੈ ਪਰ ਬਿਮਾਰੀ ਹੈ ਤਾਂ ਬਹੁਤ ਭੈੜੀ ਸੀ ਪਤਾ ਨਹੀਂ ਕਿੱਥੋਂ ਆਈ ਤੇ ਹੋਰ ਕੀ ਕੁਝ ਕਰੇਗੀ ਹਾਂ ਤੁਸੀਂ ਸੱਚੀ ਕਿਹਾ ਪਤਾ ਸਾਡੇ ਪੰਜਾਬੀ ਵਾਲੇ ਅਧਿਆਪਕਾ ਜੀ ਨੇ ਵੀ ਸਾਨੂੰ ਕਰੋਨਾ ਬਾਰੇ ਇੱਕ ਕਵਿਤਾ ਰਾਹੀਂ ਜਾਣਕਾਰੀ ਦਿੱਤੀ ਸੀ ਅੱਛਾ ਫਿਰ ਤੂੰ ਮੈਨੂੰ ਵੀ ਸੁਣਾ ਆਓ ਮੈਂ ਤੁਹਾਨੂੰ ਜ਼ਰੂਰ ਕਵਿਤਾ ਵਾਪੇ ਚਾਈਨਾ ਸੁਣਾਵਾਂਗੀ ਚੀਨੀ ਅੱਖਾਂ ਚੀਨੀ ਲੋਕ 21ਵੀਂ ਸਦੀ ਚ ਕਰ ਦਿੱਤਾ ਵਿਸਫੋਟ ਵਪਾਰ ਵਿੱਚ ਤਹਿਲਕਾ ਲੈ ਆਏ ਸੰਸਾਰ ਭਰ ਚ ਸਭ ਪਾਸੇ ਛਾਏ ਚੀਨੀ ਖਡਾਉਣੇ ਚੀਨੀ ਖਾਣੇ ਸ਼ੁਕਰ ਹੈ ਆਈ ਨਹੀਂ ਚੀਨੀ ਗਾਣੇ ਕੀੜੇ ਮਕੌੜੇ ਕੰਨ ਖਜੂਰੇ ਖਾ ਗਏ ਜੋ ਵੀ ਆਇਆ ਮੂਰੇ ਆਰਥਿਕ ਪੱਖੋਂ ਹੋਏ ਮਜ਼ਬੂਤ ਆਪਣੀ ਤਾਕਤ ਦਾ ਦਿੱਤਾ ਸਬੂਤ ਕੁਦਰਤ ਨਾਲ ਸੀ ਕਰਨ ਕਲੋਲਾ ਆਪਣੇ ਆਪ ਨੂੰ ਜਾਣਨ ਮੋਲਾ ਕੁਦਰਤ ਨੇ ਇੱਕ ਚੁੰਡੀ ਜਈ ਮਾਰੀ ਗਲਤੀ ਆਪਣੇ ਸਿਰ ਹੀ ਪੈ ਗਈ ਭਾਰੀ ਚਾਇਨਾ ਵਿੱਚ ਫੈਲੀ ਮਹਾਮਾਰੀ ਪਾਜੜਾਂ ਪਈਆਂ ਕਰ ਵੱਡੇ ਹੰਕਾਰੀ ਪੂਰਾ ਵਿਸ਼ਵ ਅਜ ਠਰ ਠਰ ਕੰਬਿਆ ਇਸ ਦਰਦ ਦਾ ਸੇਰਾ ਵੀ ਚਾਇਨਾ ਸਿਰ ਬੰਨਿਆ ਵਾਇਰਸ ਫੈਲ ਗਿਆ ਕਰੋਨਾ ਵਿਸ਼ਵ ਭਰ ਵਿੱਚ ਇਹੋ ਹੀ ਰੋਣਾ ਖਾਲੀ ਕਰਾਤੇ ਸ਼ਾਪਿੰਗ ਮਾਲ ਬੰਦ ਕਰਾਤੇ ਸਿਨੇਮਾ ਹਾਲ ਬੱਚਿਆਂ ਦੇ ਤਾਂ ਪੇਪਰ ਰੱਦ ਹੋ ਗਏ ਗੋਲ ਗੱਪੇ ਟਿੱਕੀ ਵਾਲੇ ਖਾਲੀ ਹੋ ਗਏ ਸੈਨੀਟਾਈਜ਼ਰ ਮਾਸਕ ਮੰਡੀ ਵਿੱਚ ਬਲੈਕ ਪਏ ਹੁੰਦੇ ਰਾਸ਼ਨ ਕਰਾਂ ਵਿੱਚ ਸਟਾਕ ਪਏ ਹੁੰਦੇ ਜੁਗਨੀ ਅੱਖੇ ਵਾਹ ਬਈ ਚਾਇਨਾ ਤੇਰੀ ਬੱਲੇ ਬੱਲੇ ਸ਼ੇਰ ਬਾਜ਼ਾਰ ਤੂੰ ਲਾਤਾ ਥੱਲੇ ਚੀਨੀ ਅੱਖਾਂ ਚੀਨੀ ਲੋਕ 21 ਸਦੀ ਚ ਕਰ ਦਿੱਤਾ ਵਿਸਫੋਟ ਸਿੱਖਿਆ ਕਰੋਨਾ ਮਹਾਮਾਰੀ ਦਾ ਸੰਸਾਰ ਦੀ ਅਰਥ ਵਿਵਸਥਾ ਉੱਤੇ ਬਹੁਤ ਹੀ ਮਾੜਾ ਅਸਰ ਪਿਆ ਹੈ